ਮੇਰਾ ਨਾਮ ਪਰਮਜੀਤ ਕੌਰ ਹੈ। ਅਸੀਂ ਹਾਂਜੀ ਅਸੀਂ ਮੋਗੇ ਸ਼ਹਿਰ ਤੋਂ ਆਏ ਹਾਂ ਤੇ ਅਸੀਂ ਘੁਮਾਣਾ ਮੇਲੇ ਤੇ ਗਏ ਸੀ ਪਹਿਲਾਂ ਤੇ ਉੱਥੇ ਬਾਬਾ ਨਾਮਦੇਵ ਜੀ ਦੇ ਹਾਜ਼ਰੀ ਲਗਵਾ ਕੇ ਤੇ ਹੁਣ ਅਸੀਂ ਵਾਪਸੀ ਤੇ ਗੁਰੂ ਰਾਮਦਾਸ ਜੀ ਦੇ ਆਏ ਹਾਂ ਹਾਜ਼ਰੀ ਲਵਾਉਣ ਵਾਸਤੇ। ਬਹੁਤ ਸੰਗਤਾਂ ਇੱਥੇ ਆਉਂਦੀਆਂ ਨੇ ਦਰਸ਼ਨ ਕਰਨ ਵਾਸਤੇ ਕਿਉਂਕਿ ਇਹ ਬਹੁਤ ਮਸ਼ਹੂਰ ਹੈ। ਅੰਮ੍ਰਿਤਸਰ ਦਾ ਮਾਘੀ ਦਾ ਉਤਸਵ ਇਹ ਇੱਥੇ ਬਹੁਤ ਮਨਾਉਂਦੇ ਆ, ਪਤੰਗਾਂ ਚੜਾਉਂਦੇ ਆ ਬੱਚੇ ਤੇ ਦਰਬਾਰ ਸਾਹਿਬ ਚ ਦਰਸ਼ਨ ਕਰਨ ਆਉਂਦੇ ਆ, ਦਰਸ਼ਨ ਕਰਦੇ ਆ। ਬਹੁਤ ਸੰਗਤਾਂ ਨੇ, ਬਹੁਤ ਰਸ਼ ਆ ਅੰਦਰ ਦਰਬਾਰ ਸਾਹਿਬ ਚ, ਮੱਥਾ ਟੇਕਣ ਦੀ ਵਾਰੀ ਨਹੀਂ ਆ ਰਹੀ ਲੋਕਾਂ ਦੀ ਤੇ ਕਿਉਂਕਿ ਸਾਰੇ ਹੀ ਜਿਹੜੇ ਆਸ਼ੀਰਵਾਦ ਲੈਣ ਵਾਸਤੇ ਆਉਂਦੇ ਆ ਇੱਥੇ ਬਾਬਾ ਜੀ ਦਾ ਗੁਰੂ ਰਾਮਦਾਸ ਜੀ ਦਾ ਧੰਨਵਾਦ ਕਰਨ ਵਾਸਤੇ ਆਉਂਦੇ ਆ। ਪਿਛਲਾ ਮਹੀਨਾ ਜਿਹੜਾ ਖੁਸ਼ੀਆਂ ਭਰਿਆ ਬਤੀਤ ਹੋਇਆ, ਆਉਣ ਵਾਲਾ ਜਿਹੜਾ ਸਾਲ ਆ ਸਾਡਾ ਉਹ ਵੀ ਖੁਸ਼ੀਆਂ ਭਰਿਆ ਬਤੀਤ ਹੋਵੇ, ਸਾਰੇ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਉਣ ਵਾਸਤੇ ਸਾਰੀ ਸੰਗਤ ਇੱਥੇ ਹਾਜ਼ਰ ਹੋਈ ਹੋਈ ਹੈ। ਬਹੁਤ ਰਸ਼ ਹੈ ਅੰਦਰ, ਬਹੁਤ ਚੰਗਾ ਲੱਗਦਾ ਆ ਕੇ ਇੱਥੇ। ਤਕਰੀਬਨ ਆਉਂਦੇ ਹੀ ਰਹਿੰਦੇ ਹਾਂ ਅਸੀਂ ਮੱਥਾ ਟੇਕਣ ਇੱਥੇ ਤੇ, ਪਰ ਜਿਹੜਾ ਅੱਜ ਹੁਣ ਹੈ ਇੰਨਾ ਮਾਹੌਲ ਅੰਦਰ ਵਧੀਆ ਰਾਗੀ ਲੱਗੇ ਹੋਏ ਆ, ਬਸੰਤ ਦੀ ਰੁੱਤ ਸ਼ੁਰੂ ਹੋਈ ਆ, ਬਸੰਤ ਦਾ ਰਾਗ ਜਿਹੜਾ ਉਹ ਸ਼ੁਰੂ ਹੋਇਆ ਅੱਜ ਇੱਥੇ, ਬਹੁਤ ਵਧੀਆ ਲੱਗਿਆ ਆ ਕੇ ਸਾਨੂੰ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ।